ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਆਪਣੇ ਸਿਖਰਾਂ ਤੇ ਹੈ। ਆਮ ਆਦਮੀ ਪਾਰਟੀ ਦੇ ਲਈ ਪੰਜਾਬ ਤੋਂ ਗਏ ਆਗੂ ਵੀ ਪ੍ਰਚਾਰ ਕਰ ਰਹੇ ਨੇ। ਭਗਵੰਤ ਮਾਨ ਇੱਕ ਦਿਨ ਦੇ ਵਿੱਚ 3 ਤੋਂ 4 ਜਗ੍ਹਾ ਤੇ ਜਾ ਕੇ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਨੇ। ਭਗਵੰਤ ਮਾਨ ਆਪਣੀਆਂ ਰੈਲੀਆਂ ਦੇ ਵਿੱਚ ਲਗਾਤਾਰ ਹਾਸੇ ਪਾ ਰਹੇ ਨੇ ਤੇ ਬੀਜੇਪੀ ਦੇ ਆਗੂਆਂ ਦੇ ਉੱਤੇ ਵੱਡੇ ਸਿਆਸੀ ਨਿਸ਼ਾਨੇ ਲਗਾ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਵੀ ਭਗਵੰਤ ਮਾਨ ਰੱਜ ਕੇ ਤੰਜ ਕੱਸ ਰਹੇ ਨੇ। ਭਗਵੰਤ ਮਾਨ ਨੇ ਕਿਹਾ ਦਿੱਲੀ ਵਿੱਚ ਕਿਸ ਮੂੰਹ ਨਾਲ ਪੰਜਾਬ ਦੇ ਮੁੱਖ ਮੰਤਰੀ ਆ ਕੇ ਚੋਣ ਪ੍ਰਚਾਰ ਕਰਨਗੇ, ਕਿਉਂਕਿ ਪੰਜਾਬ ਦੇ ਵਿੱਚ ਕੀਤੇ ਵਾਅਦੇ ਉਹਨਾਂ ਦੀ ਸਰਕਾਰ ਨੇ ਪੂਰੇ ਨਹੀਂ ਕੀਤੇ। ਬਹੁਤ ਬੜੀ ਜਿੱਤ ਹੋ ਰਹੀ ਹੈ ਆਮ ਆਦਮੀ ਪਾਰਟੀ ਕੀ, ਤੀਸਰੀ ਵਾਰ ਸਰਕਾਰ ਬਣ ਰਹੀ ਹੈ ਔਰ ਦਿੱਲੀ ਹਮਾਰੀ ਹੈ, 2022 ਮੇਂ ਪੰਜਾਬ ਕੀ ਬਾਰੀ ਹੈ। ਕੈਪਟਨ ਸਾਹਿਬ, ਪੰਜਾਬ ਕੇ ਮੁੱਖ ਮੰਤਰੀ ਜੋ ਹੈ ਵੋ ਸਟਾਰ ਪ੍ਰਚਾਰਕੋਂ ਮੇਂ, ਵੋ ਕਿਸ ਮੂੰਹ ਸੇ ਪ੍ਰਚਾਰ ਕਰੇਂਗੇ, ਕਿਆ ਕਹੇਂਗੇ ਯਹਾਂ ਆਕਰ ਦਿੱਲੀ ਕੇ ਲੋਗੋਂ ਕੋ ਕਿ ਕਾਂਗਰਸ ਕੋ ਵੋਟ ਦੋ, ਮੈਂ ਬਿਜਲੀ ਪੰਜਾਬ ਕੀ ਤਰ੍ਹਾਂ ਕਰ ਦੂੰਗਾ, 9.5 ਰੁਪਏ ਯੂਨਿਟ, ਯੇ ਕਹੇਂਗੇ ਜੀ। ਬਿਜਲੀ ਯਹਾਂ ਪੇ 1 ਰੁਪਏ ਯੂਨਿਟ ਸੇ ਵੀ ਕੰਮ ਮਿਲ ਰਹੀ ਹੈ। ਕੈਪਟਨ ਸਾਹਿਬ ਆ ਕੇ ਕਹੇਂਗੇ ਕਾਂਗਰਸ ਕੋ ਵੋਟ ਦੋ। ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਨਵਜੋਤ ਸਿੰਘ ਸਿੱਧੂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਵਿਖੇ ਚੋਣ ਪ੍ਰਚਾਰ ਕਰਨ ਨਹੀਂ ਆਉਣਗੇ। ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਚੰਗਾ ਵਿਹਾਰ ਨਹੀਂ ਕੀਤਾ ਗਿਆ, ਜਿਸ ਕਾਰਨ ਸਿੱਧੂ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਨਹੀਂ ਕਰਨਗੇ। ਇਸ ਮੌਕੇ ਭਗਵੰਤ ਮਾਨ ਨੇ ਰਾਹੁਲ ਗਾਂਧੀ ਅਤੇ ਮਨੋਜ ਤਿਵਾਰੀ ਦੇ ਉੱਪਰ ਵੀ ਵੱਡੇ ਸਿਆਸੀ ਤੰਜ ਕੱਸੇ। ਮੇਰੇ ਖਿਆਲ ਮੇਂ ਗੁਰੂ ਯਹਾਂ ਸ਼ੁਰੂ ਨਹੀਂ ਹੋਗੇ, ਕਿਉਂਕਿ ਜਿਸ ਤਰੀਕੇ ਕਾ ਉਨਕੇ ਸਾਥ ਵਿਵਹਾਰ ਕੀਆ ਜਾ ਰਹਾ ਹੈ ਕਾਂਗਰਸ ਕੀ ਤਰਫ ਸੇ, ਵੋ ਤੋ ਘਰ ਸੇ ਹੀ ਨਹੀਂ ਨਿਕਲੇ। ਸਰ, ਬੀਜੇਪੀ ਔਰ ਆਮ ਆਦਮੀ ਪਾਰਟੀ ਕੀ ਤਰਫ ਸੇ ਬੜੇ ਬੜੇ ਦਾਅਵੇ ਕੀਆ ਜਾ ਰਹੇ ਹੈ ਕਿ ਜਿਸ ਤਰੀਕੇ ਸੇ ਜੋ ਆਮ ਆਦਮੀ ਪਾਰਟੀ ਨੇ ਜੋ ਯੋਜਨਾਏ ਲਾਗੂ ਕਰ ਰੱਖੀ ਹੈ ਉਸਕੋ 5 ਗੁਣਾ ਬੜਾਇਆ ਜਾਏਗਾ, ਕੈਸੇ ਕਿਆ ਕਹੇ? ਪਹਿਲੇ ਆਪਣੀ ਸਟੇਟੋ ਮੇਂ ਜਹਾਂ ਪੇ ਉਨਕੀ ਸਰਕਾਰ ਹੈ ਵਹਾਂ ਬੜਾ ਦੋ ਨਾ। ਰਾਹੁਲ ਗਾਂਧੀ ਕਹਿ ਰਹੇ 700 ਯੂਨਿਟ ਮਾਫ ਕਰ ਦੂੰਗਾ ਬਿਜਲੀ ਕੇ, ਪੰਜਾਬ ਮੇਂ ਕਰ ਦੇਣਾ, ਰਾਜਸਥਾਨ ਮੇਂ ਕਰਕੇ ਦਿਖਾ ਦੇਣਾ, ਮੱਧ ਪ੍ਰਦੇਸ਼ ਮੇਂ ਕਰ ਦੇਣਾ। ਔਰ ਮਨੋਜ ਤਿਵਾਰੀ ਬੀਜੇਪੀ ਕਹਿ ਰਹੀ ਹੈ ਕਿ 5 ਗੁਣਾ ਬੜਾ ਦੇਂਗੇ ਜੋ ਸੁਵਿਧਾਏ ਹੈ, ਹਿਮਾਚਲ ਮੇਂ ਬੜਾਓ ਨਾ, ਯੂਪੀ ਮੇਂ ਬੜਾਓ ਨਾ, ਜਹਾਂ ਪੇ ਆਪਕੀ ਸਰਕਾਰ ਹੈ ਵਹਾਂ ਬੜਾ ਦੋ ਨਾ। ਤੋ ਦਿੱਲੀ ਮੇਂ DDA ਇਨਕਾ ਹੈ, MCD ਇਨਕੀ ਹੈ, ਵਹਾਂ ਸੇ ਸੁਵਿਧਾਏ ਦੇ ਦੋ, ਵੋ ਤੋ ਕਰਪਸ਼ਨ ਕਾ ਅੱਡਾ ਬਣ ਚੁੱਕਾ ਹੈ। ਦਿੱਲੀ ਮੇਂ ਆਮ ਆਦਮੀ ਪਾਰਟੀ ਰਿਕਾਰਡ ਬਣਾਉਣੇ ਜਾ ਰਹੀ ਹੈ 70-0 ਕਾ, ਔਰ 11 ਫਰਵਰੀ ਕੋ ਪ੍ਰਧਾਨ ਮੰਤਰੀ ਚਾਏ ਪੇ ਬੁਲਾਏਂਗੇ ਅਰਵਿੰਦ ਕੇਜਰੀਵਾਲ ਕੋ, ਕਿਉਂਕਿ ਚਾਏ ਵਾਲੇ ਹੈ ਨਾ ਵੋ। ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਭਗਵੰਤ ਮਾਨ ਦਿੱਲੀ ਦੇ ਵਿੱਚ ਲਗਾਤਾਰ ਕੇਜਰੀਵਾਲ ਲਈ ਚੋਣ ਪ੍ਰਚਾਰ ਕਰ ਰਹੇ ਨੇ। ਭਗਵੰਤ ਮਾਨ ਦਿੱਲੀ ਦੇ ਵਿੱਚ ਸਟਾਰ ਪ੍ਰਚਾਰਕ ਦੇ ਤੌਰ 'ਤੇ ਪ੍ਰਚਾਰਿਆ ਜਾ ਰਿਹਾ ਹੈ ਅਤੇ ਲੋਕਾਂ ਦੀ ਭੀੜ ਵੀ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਖੂਬ ਇਕੱਠੀ ਹੋ ਰਹੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਜੇਕਰ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੀ ਭਗਵੰਤ ਮਾਨ ਹੋ ਸਕਦੇ ਨੇ? ਵੱਡਾ ਸਵਾਲ ਇਹ ਵੀ ਹੈ ਕਿ ਢੀਂਡਸਾ ਵੀ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ ਕਿ ਜੇਕਰ ਟਕਸਾਲੀ ਆਗੂ ਇਕੱਠੇ ਹੁੰਦੇ ਨੇ ਤਾਂ ਢੀਂਡਸਾ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਚਿਹਰੇ ਵਜੋਂ ਪੇਸ਼ ਕੀਤਾ ਜਾਂਦਾ ਹੈ ਕਿ ਨਹੀਂ, ਅਤੇ ਤੀਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਵੀ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ 'ਤੇ ਮੀਡੀਆ ਦੇ ਵਿੱਚ ਵੀ ਦੇਖਿਆ ਜਾ ਰਿਹਾ ਅਤੇ ਲੋਕ ਵੀ ਚਾਹੁੰਦੇ ਨੇ ਕਿ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਬਣਨ। ਅਜਿਹੇ ਵਿੱਚ 3 ਚਿਹਰੇ ਨੇ ਪੰਜਾਬ ਕੋਲ ਬਦਲਾਅ ਦੇ ਲਈ। ਗੱਲਬਾਤ ਕਰਦੇ ਹਾਂ ਇਸੇ ਸਵਾਲ 'ਤੇ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦੇ ਨਾਲ। ਡੱਲਾ ਜੀ, ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ 'ਤੇ ਭਗਵੰਤ ਮਾਨ, ਸੁਖਦੇਵ ਸਿੰਘ ਢੀਂਡਸਾ ਅਤੇ ਨਵਜੋਤ ਸਿੰਘ ਸਿੱਧੂ ਨੂੰ? ਦੇਖੋ ਜਗਦੀਸ਼, ਭਗਵੰਤ ਮਾਨ ਵੱਡੇ ਸਟਾਰ ਪ੍ਰਚਾਰਕ ਨੇ ਆਮ ਆਦਮੀ ਪਾਰਟੀ ਦੇ, ਜਿਵੇਂ ਪੂਰੇ ਮੁਲਕ ਦੇ ਵਿੱਚ ਸਿੱਧੂ ਦਾ ਕੱਦ ਹੈ, ਇਸੇ ਤਰ੍ਹਾਂ ਦਿੱਲੀ ਅਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦਾ ਵੀ ਕੱਦ ਹੈ। ਹਾਲਾਂਕਿ ਭਗਵੰਤ ਮਾਨ ਨੂੰ ਵੀ ਪੰਜਾਬ ਦੇ ਔਰ ਦੁਨੀਆ ਭਰ ਦੇ ਲੋਕ ਜਾਣਦੇ ਨੇ, ਇੰਡੀਆ ਦੇ ਲੋਕ ਵੀ ਜਾਣਦੇ ਨੇ, ਪਰ ਸਿੱਧੂ ਦੀ ਪ੍ਰਸਿੱਧੀ ਜ਼ਿਆਦਾ ਤਾਂ ਹੈ ਕਿਉਂਕਿ ਸਿੱਧੂ ਕ੍ਰਿਕਟ ਨਾਲ ਵੀ ਜੁੜੇ ਰਹੇ ਨੇ। 4 ਵਾਰ ਦੇ ਉਹ MP ਬਣ ਗਏ, ਰਾਜ ਸਭਾ ਪਾ ਕੇ, ਔਰ ਵਾਜਪਾਈ ਸਾਹਿਬ ਹੋਣ ਜਾਂ ਰਾਜਨਾਥ ਸਿੰਘ ਹੋਣ ਜਾਂ ਲਾਲ ਕ੍ਰਿਸ਼ਨ ਅਡਵਾਨੀ ਹੋਣ, ਇਹਨਾਂ ਸਾਰਿਆਂ ਦੀਆਂ ਵੱਡੀਆਂ ਵੱਡੀਆਂ ਰੈਲੀਆਂ 'ਚ ਪੂਰੇ ਮੁਲਕ 'ਚ ਨਵਜੋਤ ਸਿੰਘ ਸਿੱਧੂ ਨੇ ਪ੍ਰਚਾਰ ਕੀਤਾ। ਭਗਵੰਤ ਮਾਨ ਕੋਲ ਤਜ਼ਰਬਾ ਪ੍ਰਚਾਰ ਦਾ ਦਿੱਲੀ ਤੱਕ ਸੀਮਤ ਹੈ, ਪੰਜਾਬ ਤੱਕ ਸੀਮਤ ਹੈ, ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ 'ਚ ਆਮ ਆਦਮੀ ਪਾਰਟੀ ਲਈ ਭਗਵੰਤ ਮਾਨ ਟਾਵੇਂ ਟਾਵੇਂ ਜਾਂਦੇ ਰਹੇ ਨੇ। ਪਰ ਜਿਹੜਾ ਵੱਡਾ ਬਿਆਨ ਦੇਤਾ ਭਗਵੰਤ ਮਾਨ ਨੇ ਸਿੱਧੂ ਬਾਰੇ, ਭਗਵੰਤ ਮਾਨ ਨੇ ਕਹਿਤਾ ਅੱਜ ਦਿੱਲੀ 'ਚ ਕਿ ਸਿੱਧੂ ਦਿੱਲੀ ਨਹੀਂ ਆਉਂਦਾ। ਉਂਝ ਤਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਗਦੀਸ਼ ਜੀ ਮੈਂ ਵੀ ਇਹੀ ਸੰਭਾਵਨਾਵਾਂ ਪ੍ਰਗਟ ਕਰ ਰਿਹਾ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਨਹੀਂ ਜਾਂਦਾ, ਨਵਜੋਤ ਸਿੰਘ ਸਿੱਧੂ ਘੱਟੋ ਘੱਟ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਪ੍ਰਚਾਰ ਨਹੀਂ ਕਰੂਗਾ। ਉਹ ਕਰ ਵੀ ਲੈਂਦਾ ਜੇ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨਾਲ ਵਫਾ ਕੀਤੀ ਹੁੰਦੀ, ਜੇ ਕਾਂਗਰਸ ਨੇ
ਕੈਪਟਨ ਅਮਰਿੰਦਰ ਸਿੰਘ ਨੇ ਇਹ ਇਲਜ਼ਾਮ ਲਾ ਕੇ ਸਿੱਧੂ ਦਾ ਮਹਿਕਮਾ ਨਾ ਬਦਲਿਆ ਹੁੰਦਾ ਕਿ ਸਿੱਧੂ ਕਰਕੇ ਸਾਨੂੰ ਸ਼ਹਿਰੀ ਸੀਟਾਂ 'ਤੇ ਨੁਕਸਾਨ ਹੋਇਆ, ਭਾਵੇਂ ਸਿੱਧੂ ਨੇ ਵੀ 75-25 ਵਾਲੇ ਬਿਆਨ ਦਿੱਤੇ ਜਿਹਦੇ ਨਾਲ ਥੋੜ੍ਹਾ ਜਿਹਾ ਕੈਪਟਨ ਅਮਰਿੰਦਰ ਵੀ ਨਾਰਾਜ਼ ਹੋਏ, ਪਰ 75-25 ਦਾ ਰਹੱਸ ਮੈਨੂੰ ਤਾਂ ਨਹੀਂ ਪਤਾ, ਲੋਕਾਂ ਨੂੰ ਸ਼ਾਇਦ ਪਤਾ ਹੋਵੇ, ਪਰ ਗੁੱਸਾ ਕਰ ਗਏ ਕੈਪਟਨ ਅਮਰਿੰਦਰ। ਹੁਣ 75-25 ਕਾਂਗਰਸੀਆਂ ਨੂੰ ਪਸੰਦ ਨਹੀਂ ਆਇਆ, ਉੱਧਰ ਨਵਜੋਤ ਸਿੰਘ ਸਿੱਧੂ ਨੂੰ ਇਹ ਪਸੰਦ ਨਹੀਂ ਆਇਆ ਵੀ ਤੁਸੀਂ ਮੇਰੀ ਵਰਤੋਂ ਜ਼ਿਆਦਾ ਕਰ ਰਹੇ ਹੋ। ਸੋ ਸਿੱਧੂ ਕਦੀ ਵੀ ਵਰਤੋਂ 'ਤੇ ਰਾਜ ਕਰੋ ਦੇ ਫਾਰਮੂਲੇ ਨੂੰ ਲਾਗੂ ਨਹੀਂ ਹੋਣ ਦਿੰਦਾ। ਇਸੇ ਕਰਕੇ ਸਿੱਧੂ ਸਿਰਫ ਆਪਣੇ ਹਲਕੇ 'ਚ ਸਰਗਰਮ ਹੈ। ਸਿੱਧੂ ਨੂੰ ਵੀ ਪਤਾ ਹੈ ਕਿ ਕਨਫਿਊਜ਼ ਐਂਡ ਰੂਲ ਦੀ ਪੋਲੀਟਿਕਸ ਕੀ ਹੁੰਦੀ ਹੈ। ਸਿੱਧੂ ਸਿਆਣਾ ਸਿਆਸਤਦਾਨ ਹੈ, ਇਸ ਕਰਕੇ ਸਿੱਧੂ ਨੇ ਦਿੱਲੀ ਜਾਣਾ ਨਹੀਂ। ਔਰ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਵਾਲੇ ਸਮਝ ਗਏ ਕਿ ਸਿੱਧੂ ਦਿੱਲੀ ਆਉਂਦਾ ਨਹੀਂ। ਉਹ ਆਮ ਆਦਮੀ ਪਾਰਟੀ ਵਾਲੇ ਤਾਂ ਡਫਲੀਆਂ ਵਜਾਉਂਦੇ ਫਿਰਦੇ ਨੇ ਉੱਥੇ, ਬੜੇ ਖੁਸ਼ ਨੇ, ਕਿਉਂਕਿ ਸਿਰਫ ਸਿੱਧੂ ਹੀ ਹੈ ਜਿਹੜਾ ਇੱਕ ਵੱਡਾ ਮੁਕਾਬਲਾ ਭਗਵੰਤ ਮਾਨ ਨੂੰ ਦੇ ਸਕਦਾ ਸੀ। ਹੁਣ ਜਦੋਂ ਸਿੱਧੂ ਵੀ ਉੱਥੇ ਹੈ ਨਹੀਂ ਅਤੇ ਭਗਵੰਤ ਮਾਨ ਬਹੁਤ ਵਧੀਆ ਤਰੀਕੇ ਨਾਲ ਦਿੱਲੀ 'ਚ ਚੋਣ ਪ੍ਰਚਾਰ ਕਰ ਰਹੇ ਨੇ, ਜਿਹਦੇ ਨਾਲ ਆਮ ਆਦਮੀ ਪਾਰਟੀ ਨੂੰ ਖੁਸ਼ੀ ਨਸੀਬ ਹੋ ਰਹੀ ਹੈ। ਦੂਜੇ ਪਾਸੇ ਬੀਜੇਪੀ ਵਾਲਿਆਂ ਨੇ ਸਨੀ ਦਿਓਲ ਨੂੰ ਲੈ ਕੇ ਜਾਣਾ ਉੱਥੇ ਲੋਕਾਂ ਦੀ ਕਚਹਿਰੀ 'ਚ। ਸਨੀ ਦਿਓਲ ਪੰਜਾਬ 'ਚ ਜ਼ਰੂਰ ਜਿੱਤ ਗਿਆ, ਲੇਕਿਨ ਉਸ ਤੋਂ ਬਾਅਦ ਉਹ ਘੱਟ ਦਿਖਾਈ ਦਿੱਤਾ ਪਠਾਨਕੋਟ। ਅੱਜ ਪਤਾ ਲੱਗਿਆ ਕਹਿੰਦੇ ਫਿਰ ਸਨੀ ਦਿਓਲ ਨੇ ਦਰਸ਼ਨ ਦਿੱਤੇ ਨੇ ਗੁਰਦਾਸਪੁਰ 'ਚ। ਸੋ ਬੜੀ ਖੁਸ਼ੀ ਅਤੇ ਮੁਬਾਰਕਾਂ ਗੁਰਦਾਸਪੁਰ ਵਾਲਿਆਂ ਨੂੰ ਕਿ ਉਹਨਾਂ ਨੂੰ ਫਿਰ ਉਹਨਾਂ ਦਾ ਜਿਹੜਾ MP ਹੈ ਉਹ ਆਪਣੇ ਹਲਕੇ 'ਚ ਇੱਕ ਵਾਰੀ ਦੇਖਣਾ ਮਹਿਸੂਸ ਹੋਊਗਾ, ਨਸੀਬ ਹੋਊਗਾ। ਪਤਾ ਨਹੀਂ ਕਿੰਨੇ ਕੁ ਲੋਕ ਸਨੀ ਦਿਓਲ ਸਾਹਿਬ ਦੇ ਦਰਸ਼ਨ ਕਰ ਸਕਣਗੇ ਥੋੜ੍ਹੇ ਛੋਟੇ ਜਿਹੇ ਦੌਰੇ ਦੇ ਦੌਰਾਨ, ਪਰ ਜਿੰਨੇ ਕੁ ਵੀ ਲੋਕਾਂ ਨੇ ਸਨੀ ਦਿਓਲ ਸਾਹਿਬ ਦੇ ਦਰਸ਼ਨ ਕਰ ਲਏ ਉਹਨਾਂ ਨੂੰ ਖੁਸ਼ੀ ਬੜੀ ਹੋਣੀ ਹੈ, ਕਿਉਂਕਿ ਦੁਬਾਰਾ ਪਤਾ ਨਹੀਂ ਕਿੰਨੇ ਮਹੀਨਿਆਂ ਬਾਅਦ ਜਾਂ 6 ਮਹੀਨੇ ਜਾਂ ਸਾਲ ਬਾਅਦ ਮੌਕਾ ਮਿਲੂਗਾ ਕਿ ਉਹ ਨੰਗੀ ਅੱਖ ਨਾਲ ਸਨੀ ਦਿਓਲ ਸਾਹਿਬ ਨੂੰ ਦੇਖ ਸਕਣ ਗੁਰਦਾਸਪੁਰ ਆਇਆਂ ਨੂੰ। ਪਰ ਸਨੀ ਦਿਓਲ ਦੇ ਮੁਕਾਬਲੇ ਦਿੱਲੀ 'ਚ ਭਗਵੰਤ ਮਾਨ ਨੂੰ ਮੈਂ ਅੱਜ ਵੀ ਜ਼ਿਆਦਾ ਮਜ਼ਬੂਤ ਦਾਅਵੇਦਾਰ ਮੰਨਦਾ। ਉਹਦਾ ਕਾਰਨ ਕੀ ਹੈ? ਭਗਵੰਤ ਮਾਨ ਨੇ ਇੱਕ ਸੀਰੀਅਸ ਪੋਲੀਟੀਸ਼ੀਅਨ ਦੇ ਤੌਰ 'ਤੇ ਵੀ ਆਪਣੀ ਇਮੇਜ ਬਣਾਈ ਹੈ। ਪਾਰਲੀਮੈਂਟ 'ਚ ਕਈ ਵਾਰੀ ਭਗਵੰਤ ਮਾਨ ਨੇ ਪੰਜਾਬ ਨਾਲ ਸੰਬੰਧਿਤ ਮੁੱਦੇ ਚੱਕੇ ਨੇ, ਹਾਲਾਂਕਿ ਪੰਜਾਬ 'ਚ ਭਗਵੰਤ ਮਾਨ ਦੀ ਸਰਗਰਮੀ ਥੋੜ੍ਹੀ ਜਿਹੀ ਘੱਟ ਰਹਿੰਦੀ ਹੈ, ਜਿਹਦਾ ਨੁਕਸਾਨ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਵੀ ਹੁੰਦਾ। ਪਰ ਦਿੱਲੀ 'ਚ ਭਗਵੰਤ ਮਾਨ ਸਟਾਰ ਪ੍ਰਚਾਰਕ ਹੈ, ਉੱਥੋਂ ਦੇ ਜਿਹੜੇ ਟੈਲੀਵਿਜ਼ਨ ਚੈਨਲ ਨੇ ਉਹ ਵੀ ਭਗਵੰਤ ਮਾਨ ਦੀ ਪੰਜਾਬੀ ਮਿਕਸ ਹੋਈ ਹਿੰਦੀ ਸੁਣ ਕੇ ਬੜੇ ਖੁਸ਼ ਹੁੰਦੇ ਨੇ, ਔਰ ਭਗਵੰਤ ਮਾਨ ਹਿੰਦੀ ਬੋਲਦਾ ਬੜੇ ਵਧੀਆ ਤਰੀਕੇ ਨਾਲ ਹੈ, ਅਤੇ ਭਗਵੰਤ ਮਾਨ ਦੇ ਮੂੰਹੋਂ ਹਿੰਦੀ ਸੁਣ ਕੇ ਜਿਹੜੇ ਦਿੱਲੀ ਦੇ ਹਿੰਦੀ ਵਾਲੇ ਲੋਕ ਨੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਭਗਵੰਤ ਮਾਨ ਵੀ ਹਿੰਦੀ ਬੋਲਣ ਦੀ ਟਰਾਈ ਕਰ ਰਿਹਾ। ਪਰ ਉਂਝ ਜੇ ਮਹਿਸੂਸ ਕਰੀਏ ਤਾਂ ਭਗਵੰਤ ਮਾਨ ਪੰਜਾਬੀ ਨੂੰ ਪਿਆਰ ਕਰਨ ਵਾਲਾ ਹੈ, ਉੱਥੋਂ ਦੇ ਲੋਕਾਂ ਨੂੰ ਪਾਰਲੀਮੈਂਟ 'ਚ ਵੀ ਉਹ ਹਿੰਦੀ ਇਸੇ ਕਰਕੇ ਬੋਲਦਾ ਕਿ ਉੱਥੋਂ ਦੇ ਲੋਕਾਂ ਨੂੰ ਪੰਜਾਬ ਦੇ ਮੁੱਦੇ ਜੇ ਪੰਜਾਬੀ ਬੋਲ ਕੇ ਸਮਝ ਨਹੀਂ ਆਉਂਦੇ ਤਾਂ ਹਿੰਦੀ 'ਚ ਹੀ ਸਮਝਾ ਦਈਏ। ਸੋ ਭਗਵੰਤ ਮਾਨ ਦੇ ਐਫਰਟ ਦੀ ਮੈਂ ਤਾਰੀਫ ਕਰਦਾ। ਸਿੱਧੂ ਬਾਰੇ ਜਿਹੜੀ ਭਗਵੰਤ ਮਾਨ ਨੇ ਗੱਲ ਕਹੀ ਹੈ ਮੈਨੂੰ ਲੱਗਦਾ ਉਹ ਵੀ ਸਹੀ ਹੈ। ਸਿੱਧੂ ਦਿੱਲੀ ਪ੍ਰਚਾਰ ਕਰਨ ਨੂੰ ਨਹੀਂ ਜਾਂਦਾ, ਜਿਹਦੇ ਨਾਲ ਆਮ ਆਦਮੀ ਪਾਰਟੀ ਨੂੰ ਬੋਨਸ ਜ਼ਰੂਰ ਉੱਥੇ ਦਿੱਲੀ 'ਚ ਨਸੀਬ ਹੋਊਗਾ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੇ ਵਿੱਚ ਭਗਵੰਤ ਮਾਨ ਲਗਾਤਾਰ ਅਮਿਤ ਸ਼ਾਹ ਅਤੇ ਮੋਦੀ ਦੇ ਉੱਪਰ ਵੱਡੇ ਸਿਆਸੀ ਹਮਲੇ ਕਰਦੇ ਹੋਏ ਨਜ਼ਰ ਆ ਰਹੇ ਨੇ। ਨਵੇਂ ਬਣੇ ਨਾਗਰਿਕਤਾ ਕਾਨੂੰਨ ਤੋਂ ਲੈ ਕੇ ਕੇਂਦਰ ਦੇ ਵਿੱਚ ਆਰਥਿਕ ਸਥਿਤੀ ਨੂੰ ਲੈ ਕੇ ਭਗਵੰਤ ਮਾਨ ਲਗਾਤਾਰ ਕੇਂਦਰ ਦੀ ਸਰਕਾਰ ਦਾ ਘਿਰਾਓ ਕਰ ਰਹੇ ਨੇ। ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਕਿਉਂ ਨਹੀਂ ਕਰ ਰਹੇ, ਉਹਨਾਂ ਨੇ ਵੱਡਾ ਸਵਾਲ ਖੜਾ ਕੀਤਾ ਹੈ। ਮਾਨ ਨੇ ਕਿਹਾ ਕਿ ਮੋਦੀ ਨੂੰ ਪਤਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ BJP ਦੀ ਹਾਰ ਨਿਸ਼ਚਿਤ ਹੈ, ਇਸ ਲਈ ਉਹ ਪ੍ਰਚਾਰ ਨਹੀਂ ਕਰ ਰਹੇ। ਮੋਦੀ ਜੀ ਕਿਉਂ ਨਹੀਂ ਆ ਰਹੇ? ਉਹਨਾਂ ਵੀ ਆਉਣੇ ਤੋਂ ਮੋਦੀ ਜੀ ਨੇ ਆਪਣੀ ਫੋਟੋ ਕਿਉਂ ਹਟਾ ਲਈ? ਕਿਉਂਕਿ ਮੋਦੀ ਜੀ ਕੋ ਪਤਾ ਚੱਲ ਗਿਆ ਕਿ ਹਾਰ ਰਹੇ ਹੈ, ਇਸ ਲਈ ਵੋ ਇਸ ਹਾਰ ਕੋ ਆਪਣੇ ਜਿੰਮੇ ਨਹੀਂ ਲੈਣਾ ਚਾਹਤੇ। ਉਹਨਾਂ ਨੇ ਅਮਿਤ ਸ਼ਾਹ ਕੋ ਆਗੇ ਕਰ ਦਿਆ ਜ਼ਹਿਰ ਉਗਲਨੇ ਕੇ ਲੀਏ, ਠੀਕ ਹੈ ਨਾ, ਜ਼ਹਿਰ ਉਗਲਨੇ ਦੋ, ਇਨਕਾ ਕਾਮ ਹੀ ਜ਼ਹਿਰ ਉਗਲਨਾ ਹੈ। ਤੜੀ ਪਾਰ ਲੋਕ ਹੈ, ਇਹ ਹਮੇ ਸਿਖਾਤੇ ਹੈ, ਦੇਸ਼ ਭਗਤੀ ਕੇ ਸਰਟੀਫਿਕੇਟ ਬਾਂਟ ਰਹੇ ਹੈ।